ਸੰਯੁਕਤ ਕਿਸਾਨ ਮੋਰਚੇ ਵਿੱਚ ਸ਼ਾਮਲ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਦਾ ਤਿੰਨ ਦਿਨਾ ਮੋਰਚਾ ਦੂਸਰੇ ਦਿਨ ਦੇ ਵਿੱਚ ਸ਼ਾਮਲ ਹੋ ਗਿਆ ਤੇ ਕਿਸਾਨ ਜਥੇਬੰਦੀਆਂ ਨੇ ਕੇਂਦਰ ਤੇ ਪੰਜਾਬ ਸਰਕਾਰ ਨਾਲ ਸੰਬੰਧਿਤ ਮੰਤਰੀਆਂ ਸੰਸਦ ਮੈਂਬਰਾਂ ਅਤੇ ਪ੍ਰਮੁੱਖ ਅਹੁਦੇਦਾਰਾਂ ਦੇ ਘਰਾਂ ਤੇ ਦਫ਼ਤਰਾਂ ਦੇ ਸਾਹਮਣੇ ਮੋਰਚੇ ਲਾ ਰੱਖੇ ਨੇ ਹੜ੍ਹਾਂ ਦੀ ਰੋਕਥਾਮ ਲਈ ਪ੍ਰਬੰਧ ਕਰਨ ਦੇ ਨਾਲ ਨਾਲ ਜਿਹੜਾ ਨੁਕਸਾਨ ਹੋਇਆ ਉਸ ਦਾ ਮੁਆਵਜ਼ਾ ਦੇਣ ਦੀ ਕਿਸਾਨ ਮੰਗ ਕਰ ਰਹੇ ਨੇ ਧਰਨਿਆਂ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਦਿੱਤੇ ਜਾ ਰਹੇ ਮੁਆਵਜ਼ੇ ਨੂੰ ਵੀ ਕਿਸਾਨਾਂ ਨੇ ਨਾ ਕਾਫੀ ਦੱਸਦੇ ਹੋਏ ਇਸ ਨੂੰ ਵਿਪਤਾ ਸਹਿਰੇ ਕਿਸਾਨਾਂ ਦੇ ਨਾਲ ਬੇਹੂਦਾ ਮਜ਼ਾਕ ਕਰਾਰ ਦਿੱਤਾ ਹੈ। ਇਕ ਸੰਜੋਠੇ ਬੰਦੀਆਂ ਨੇ ਮੰਗ ਕੀਤੀ ਹੈ ਕਿ ਨੁਕਸਾਨ ਦਾ ਮੁਆਵਜ਼ਾ ਵੱਖ-ਵੱਖ ਸਲੇਬਾ ਬਣਾ ਕੇ ਦਿੱਤਾ ਜਾਵੇ। ਜਿਨ੍ਹਾਂ ਕਿਸਾਨਾਂ ਦੀ ਪੂਰੀ ਫਸਲ ਬਰਬਾਦ ਹੋ ਗਈ ਹੈ, ਅਗਲੀ ਫਸਲ ਦੀ ਬਿਜਾਈ ਤੇ ਵੀ ਸੰਕਟ ਮੰਡਰਾ ਰਿਹਾ ਹੈ। ਉਹਨਾਂ ਨੂੰ 1 ਲੱਖ ਰੁਪਏ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਣਾ ਚਾਹੀਦਾ ਹੈ। ਨਾਲ ਹੀ ਉਹਨਾਂ ਨੇ ਆਪਣੀਆਂ ਹੋਰ ਮੰਗਾਂ ਵੀ ਦੁਹਰਾਈਆਂ। ਜਦਕਿ ਦੂਸਰੇ ਪਾਸੇ ਪੰਜਾਬ ਸਰਕਾਰ ਦਾਵਾ ਕਰ ਰਹੀ ਹੈ ਕਿ ਇੰਨਾ ਮੁਆਵਜ਼ਾ ਅਜੇ ਤੱਕ ਕਦੇ ਨਹੀਂ ਮਿਲਿਆ ਕੈਬਨਿਟ ਮੰਤਰੀ ਬ੍ਰਹਮਸ਼ੰਕਰ ਜਿੰਪਾ ਨੇ ਦੱਸਿਆ ਕਿ ਹੜ੍ਹਾਂ ਕਾਰਨ ਨੁਕਸਾਨੀਆਂ ਗਈਆਂ ਫਸਲਾਂ ਦੇ ਮੁਆਵਜ਼ੇ ਵਜੋਂ 11 ਸਤੰਬਰ ਤੱਕ ਪੰਜਾਬ ਸਰਕਾਰ 48 ਕਰੋੜ 26 ਲੱਖ 62352 ਰੁਪਏ ਦੀ ਰਾਸ਼ੀ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ ਪਾ ਚੁੱਕੀ ਹੈ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਝੋਨੇ ਦੀ ਖਰਾਬ ਹੋਈ ਪਨੀਰੀ ਅਤੇ ਹੋਰ ਫਸਲਾਂ ਦੇ ਖਰਾਬੇ ਲਈ ਕਿਸਾਨਾਂ ਨੂੰ ਰਾਹਤ ਰਾਸ਼ੀ ਵਜੋਂ ਦੇਣ ਲਈ 188 ਕਰੋੜ 28 ਲੱਖ 63000 ਰੁਪਏ ਦੀ ਰਾਸ਼ੀ ਮਾਲ ਵਿਭਾਗ ਨੂੰ ਜਾਰੀ ਕੀਤੀ ਸੀ ਕਹਿੰਦੇ ਪਹਿਲੀ ਵਾਰੀ ਹੈ ਜਦੋਂ ਕੋਈ ਸਰਕਾਰ ਝੋਨੇ ਦੀ ਖਰਾਬ ਹੋਈ ਪਨੀਰੀ ਲਈ ਪ੍ਰਤੀ ਏਕੜ 6600 ਰੁਪਏ ਮੁਆਵਜ਼ਾ ਰਾਸ਼ੀ ਦੇ ਰਹੀ ਹੈ ਇਸ ਤੋਂ ਪਹਿਲਾਂ ਕਹਿੰਦੇ ਜਦੋਂ ਫਸਲਾਂ ਪੱਕ ਜਾਂਦੀਆਂ ਸੀ ਜੇ ਉਹ ਬਰਬਾਦ ਹੋ ਜਾਂਦੀਆਂ ਸੀ ਤਾਂ ਉਹਦਾ ਹੀ ਮੁਆਵਜ਼ਾ ਦਿੱਤਾ ਜਾਂਦਾ ਸੀ ਪਨੀਰੀ ਬਰਬਾਦ ਹੋਣ ਦਾ ਮੁਆਵਜ਼ਾ ਨਹੀਂ ਦਿੱਤਾ ਜਾਂਦਾ ਸੀ ਜਦਕਿ ਦੂਸਰੇ ਪਾਸੇ ਕਿਸਾਨ 70000 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਮੁਆਵਜ਼ਾ ਮੰਗ ਰਹੇ ਨੇ ਤੇ ਵਿਰੋਧੀ ਪਾਰਟੀਆਂ ਵੀ ਮੁਆਵਜ਼ੇ ਦੀ ਰਾਸ਼ੀ ਨੂੰ ਲੈ ਕੇ ਸਰਕਾਰ ਨੂੰ ਘੇਰ ਰਹੀਆਂ ਨੇ ਕੇਂਦਰੀ ਟ੍ਰਾਂਸਪੋਰਟ ਮੰਤਰੀ ਨਿਤਿਨ ਗੜਕਰੀ ਨੇ ਡੀਜ਼ਲ ਵਾਹਨਾਂ ਤੇ ਪ੍ਰਦੂਸ਼ਣ ਟੈਕਸ ਵਜੋਂ 10% ਦੀ ਵਾਧੂ ਜੀਐਸਟੀ ਲਾਉਣ ਦਾ ਪ੍ਰਸਤਾਵ ਲਿਉਣ ਦਾ ਆਪਣਾ ਫੈਸਲਾ ਪਲਟ ਦਿੱਤਾ ਹੈ ਜਾਂ ਕਹਿ ਸਕਦੇ ਹਾਂ ਕਿ ਬਿਆਨ ਦੇਣ ਤੋਂ ਬਾਅਦ ਉਹ ਪਲਟ ਗਏ ਉਹਨਾਂ ਨੇ ਕਿਹਾ ਕਿ ਸਰਕਾਰ ਦੀ ਫਿਲਹਾਲ ਅਜੇ ਹੀ ਕੋਈ ਤਜਵੀਜ਼ ਨਹੀਂ ਹੈ ਇਸ ਤੋਂ ਪਹਿਲਾਂ ਗੜਕਰੀ ਜੀ ਨੇ ਹੀ ਕਿਹਾ ਸੀ ਕਿ ਉਹ ਅਜਿਹਾ ਪ੍ਰਸਤਾਵ ਲਿਆ ਰਹੇ ਨੇ ਜਿਸ ਨੂੰ ਵਿੱਤ ਮੰਤਰੀ ਨੂੰ ਭੇਜਣਗੇ ਛੇਤੀ ਹੀ ਡੀਜ਼ਲ ਨੂੰ ਅਲਵਿਦਾ ਕਹੋ ਨਹੀਂ ਤਾਂ ਅਸੀਂ ਇੰਨਾ ਟੈਕਸ ਵਧਾਵਾਂਗੇ ਕਿ ਤੁਹਾਡੇ ਲਈ ਡੀਜ਼ਲ ਵਾਹਨਾਂ ਨੂੰ ਵੇਚਣਾ ਮੁਸ਼ਕਿਲ ਹੋ ਜਾਵੇਗਾ ਇੱਕ ਜਿਹੜਾ ਹੈਗਾ ਧਮਕੀ ਭਰ ਇਚਤਾਵਨੀ ਦਿੱਤੀ ਸੀ ਤੇ ਮੰਤਰੀ ਦੀ ਟਿੱਪਣੀ ਤੋਂ ਬਾਅਦ ਭਾਰਤੀ ਵਾਹਨ ਨਿਰਮਾਤਾ ਟਾਟਾ ਮੋਟਰਸ ਮਿੰਦਰਾਣ ਮਿੰਦਰਾ ਤੇ ਅਸ਼ੋਕ ਲੇਲਨ ਦੇ ਸ਼ੇਅਰ 2.5% ਤੋਂ ਲੈ ਕੇ 4% ਦੇ ਵਿਚਾਲੇ ਡਿੱਗ ਪਏ ਸਨ ਉਸ ਤੋਂ ਬਾਅਦ ਨਿਤਿਨ ਗੜਕਰੀ ਆਪਣੇ ਬਿਆਨ ਤੋਂ ਪਾਸੇ हट ਗਏ ਚੰਡੀਗੜ੍ਹ ਨਗਰ ਨਿਗਮ ਨੇ 115 ਜਨਤਕ ਪਾਰਕਾਂ ਦੇ ਵਿੱਚੋਂ ਨਾਜਾਇਜ਼ ਕਬਜ਼ੇ ਹਟਾ ਦਿੱਤੇ ਨੇ ਸ਼ਹਿਰ ਦੇ ਕੁੱਲ 156 ਪਾਰਕਾਂ ਤੇ ਲੋਕਾਂ ਨੇ ਨਾਜਾਇਜ਼ ਕਬਜ਼ੇ ਕੀਤੇ ਹੋਏ ਨੇ ਤੇ 115 'ਚ ਕਾਰਵਾਈ ਕਰ ਦਿੱਤੀ ਹੈ ਬਾਕੀਆਂ ਤੇ ਜਾਰੀ ਹੈ ਚੰਡੀਗੜ੍ਹ ਸ਼ਹਿਰ ਦੇ ਵਿੱਚ ਕਰੀਬ 1800 ਪਾਰਕ ਇਸ 100 ਗ੍ਰੀਨ ਬੈਲਟ ਖੇਤਰ ਨੇ ਜਿਨ੍ਹਾਂ ਲੋਕਾਂ ਤੇ ਜਿਨ੍ਹਾਂ ਲੋਕਾਂ ਨੇ ਇਹਨਾਂ ਪਾਰਕਾਂ ਤੇ ਕਬਜ਼ਾ ਕੀਤਾ ਹੋਇਆ ਸੀ ਉਹ ਇਹਨੂੰ ਆਪਣੇ ਪ੍ਰਾਈਵੇਟ ਪਾਰਕਾਂ ਵਜੋਂ ਵਰਤ ਰਹੇ ਸੀ ਕਿਸੇ ਨੇ ਆਪਣੇ ਘਰ ਦਾ ਦਰਵਾਜ਼ਾ ਪਾਰਕ ਵੱਲ ਖੋਲ੍ਹਿਆ ਹੋਇਆ ਸੀ ਜਦਕਿ ਕੁਝ ਲੋਕਾਂ ਨੇ ਗ੍ਰਿੱਲ ਲਾ ਕੇ ਪਾਰਕਾਂ ਤੇ ਕਬਜ਼ਾ ਕਰ ਰੱਖਿਆ ਸੀ ਨਗਰ ਨਿਗਮ ਦੇ ਸਰਵੇ ਦੇ ਵਿੱਚ ਜਿਨ੍ਹਾਂ 156 ਪਾਰਕਾਂ ਤੇ ਕਬਜ਼ੇ ਪਾਏ ਗਏ ਸਨ ਉਹਨਾਂ ਵਿੱਚ ਸਭ ਤੋਂ ਵੱਧ ਸੈਕਟਰ 15, ਸੈਕਟਰ 27, 18, 19, 20, 21, 22, 23 ਤੇ 45 ਦੇ ਵਿੱਚ ਪਾਏ ਗਏ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਬੁੱਧਵਾਰ ਯਾਨੀ ਕਿ ਕੱਲ ਤੋਂ ਪੰਜਾਬ ਦੇ ਤਿੰਨ ਦਿਨਾਂ ਦੌਰੇ ਤੇ ਪਹੁੰਚ ਰਹੇ ਨੇ 13 ਤੋਂ 15 ਸਤੰਬਰ ਦਰਮਿਆਨ ਉਹ ਕਈ ਪ੍ਰੋਗਰਾਮਾਂ ਦੇ ਵਿੱਚ ਹਿੱਸਾ ਲੈਣਗੇ ਸਭ ਤੋਂ ਪਹਿਲਾਂ ਕੱਲ ਨੂੰ ਅੰਮ੍ਰਿਤਸਰ ਦੇ ਵਿੱਚ ਪਹਿਲੇ ਸਕੂਲ ਆਫ ਐਮਿਨੈਂਸ ਦਾ ਉਦਘਾਟਨ ਕਰਨਗੇ ਉਦਯੋਗਪਤੀਆਂ ਦੇ ਨਾਲ ਵੀ ਕੱਲ੍ਹ ਬਾਤ ਦੇ ਹੋ ਤਾਂ ਇਨੀ ਦਿਨੀ ਪੰਜਾਬ ਦੇ ਲੋਕਾਂ ਦੇ ਅੰਦਰ ਇੱਕ ਚਰਚਾ ਜ਼ਰੂਰ ਛੜੀ ਹੋਈ ਹੈ ਇੱਕ ਪੋਸਟ ਵਾਇਰਲ ਹੋਈ ਹੈ ਕਿ ਪੰਜਾਬ ਦੇ ਵਿੱਚ ਕੁੰਡਲੀਆ ਸੱਪ ਹੈ ਜਿਹੜਾ ਉਹ ਹੜ੍ਹਾਂ ਦੇ ਪਾਣੀ ਨਾਲ ਵਹਿ ਕੇ ਹਿਮਾਚਲ ਤੋਂ ਪੰਜਾਬ ਆ ਗਿਆ ਤੇ ਬਹੁਤ ਹੀ ਖਤਰਨਾਕ ਹੈ ਜਦੋਂ ਰਾਤ ਨੂੰ ਸੁੱਤਾ ਪਿਆ ਵਿਅਕਤੀ ਹੁੰਦਾ ਤਾਂ ਉਹਦੇ ਨਾਲ ਆ ਕੇ ਲੇਟ ਜਾਂਦਾ ਕਿਉਂਕਿ ਉਸ ਨੂੰ ਇਨਸਾਨ ਦੇ ਸਰੀਰ ਦੀ ਜਿਹੜੀ ਖੁਸ਼ਬੂ ਹੈ ਉਹ ਚੰਗੀ ਲੱਗਦੀ ਹੈ ਤੇ ਫਿਰ ਉਹ ਡੱਸਦਾ ਇਸ ਤਰੀਕੇ ਨਾਲ ਹੈ ਕਿ ਉਹਦੇ ਡੱਸਣ ਦਾ ਜਿਹੜਾ ਤਰੀਕਾ ਹੈ ਡੰਗ ਉਹ ਮੱਛਰ ਦੇ ਡੰਗ ਵਰਗਾ ਮਹਿਸੂਸ ਹੁੰਦਾ ਹੈ ਪਰ 20 ਮਿੰਟਾਂ ਦੇ ਵਿੱਚ ਇਨਸਾਨ ਦੀ ਮੌਤ ਹੋ ਜਾਂਦੀ ਹੈ ਇਸ ਬਾਰੇ ਅਸੀਂ ਕੋਈ ਪੁਸ਼ਟੀ ਤਾਂ ਨਹੀਂ ਕਰਦੇ ਪਰ ਬਹੁਤ ਸਾਰੇ ਲੋਕ ਦਾਅਵੇ ਕਰਦੇ ਨੇ ਕਿ ਇਸ ਸੱਪ ਬਹੁਤ ਜ਼ਿਆਦਾ ਪੰਜਾਬ ਦੇ ਵਿੱਚ ਫੈਲਿਆ ਪਿਆ ਹੈ ਸੋ ਭਵਾਨੀਗੜ੍ਹ ਤੋਂ ਇੱਕ ਖਬਰ ਮਿਲੀ ਹੈ ਜਿੱਥੇ ਇੱਕ ਖੇਤ ਮਜ਼ਦੂਰ ਦੀ ਸੱਪ ਦੇ ਡੱਸਣ ਕਾਰਨ ਮੌਤ ਹੋਈ ਹੈ ਪਿੰਡ ਬਲਿਆਲ ਦੇ ਵਿੱਚ 40 ਸਾਲਾਂ ਮਜ਼ਦੂਰ ਰੋਡਾ ਸਿੰਘ ਦੀ ਮੌਤ ਹੋਈ ਹੈ ਖੇਤ ਦੇ ਵਿੱਚ ਜਦੋਂ ਕੰਮ ਕਰ ਰਿਹਾ ਸੀ ਤਾਂ ਸੱਪ ਨੇ ਡੱਸ ਲਿਆ ਹਸਪਤਾਲ ਵੀ ਲੈ ਕੇ ਗਏ ਪਰ ਉਸ ਨੂੰ ਬਚਾਇਆ ਨਹੀਂ ਜਾ ਸਕਿਆ ਦਿੱਲੀ ਦੇ ਵਿੱਚ ਜੀ20 ਸੰਮੇਲਨ ਦੌਰਾਨ ਸਿੱਖ ਭਾਈਚਾਰੇ ਨੂੰ ਉਮੀਦ ਸੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਫਰਾਂਸ ਦੇ ਰਾਸ਼ਟਰਪਤੀ ਮੈਨੂਅਲ ਮੈਕਰੋਂ ਦੇ ਨਾਲ ਦਵੱਲੀ ਗੱਲਬਾਤ ਦੌਰਾਨ ਫਰਾਂਸ ਦੇ ਸਕੂਲਾਂ ਦੇ ਵਿੱਚ ਸਿੱਖ ਬੱਚਿਆਂ ਦੀ ਦਸਤਾਰ ਤੇ 20 ਸਾਲ ਤੋਂ ਲਾਗੂ ਪਾਬੰਦੀ ਦਾ ਮਸਲਾ ਜ਼ਰੂਰ ਚੁੱਕਣਗੇ ਪਰ ਜਦੋਂ ਭਾਰਤ ਵੱਲੋਂ ਇਸ ਤੇ ਕੋਈ ਗੱਲਬਾਤ ਨਹੀਂ ਹੋਈ ਤਾਂ ਹੁਣ ਪੂਰੀ ਦੁਨੀਆ ਦੇ ਵਿੱਚ ਸਿੱਖਾਂ ਦੇ ਵਿੱਚ ਨਮੋਸ਼ੀ ਹੈ ਯੂਨਾਈਟਿਡ ਸਿਕਸ ਯੂਕੇ ਜਥੇਬੰਦੀ ਦੀ ਕਮਾਂਤਰੀ ਲੀਗਲ ਕੈਕਟਰ ਮਨਜੰਦਰਪਾਲ ਕੌਰ ਨੇ ਕਿਹਾ ਕਿ ਜਿਸ ਮੁਲਕ ਦੇ ਵਿੱਚ ਵੱਡੀ ਗਿਣਤੀ ਵਿੱਚ ਸਿੱਖ ਰਹਿੰਦੇ ਨੇ ਉਸ ਦੇਸ਼ ਦੇ ਪ੍ਰਧਾਨ ਮੰਤਰੀ ਨੇ ਸਿੱਖਾਂ ਦੀ ਪਛਾਣ ਦਾ ਮੁੱਦਾ ਚੁੱਕਣ ਦੀ ਜ਼ਰੂਰਤ ਹੀ ਨਹੀਂ ਸਮਝੀ ਜਦਕਿ ਸਿੱਖਾਂ ਦੀ ਸਿਰਮੌਰ ਸੰਸਥਾ ਐਸਜੀਪੀਸੀ ਨੇ ਜੀ20 ਸੰਮੇਲਨ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਫਰਾਂਸ ਦੇ ਰਾਸ਼ਟਰਪਤੀ ਸਾਹਮਣੇ ਦਸਤਾਰ ਬੈਨ ਦੇ ਮਸਲੇ ਨੂੰ ਚੁੱਕਣ ਦੀ ਅਪੀਲ ਕੀਤੀ ਸੀ ਪਰ ਦੋਵਾਂ ਮੁਲਕਾਂ ਦੀ ਜੁਆਇੰਟ ਸਟੇਟਮੈਂਟ ਦੇ ਵਿੱਚ ਨਜ਼ਰ ਹੀ ਨਹੀਂ ਆਇਆ ਮਜਿੰਦਰਪਾਲ ਕੌਰ ਨੇ ਜਿੱਥੇ ਕੌਮਾਂਤਰੀ ਭਾਈਚਾਰੇ ਨੂੰ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਨੂੰ ਉਜਾਗਰ ਕਰਨ ਤੇ ਫਰਾਂਸ ਤੇ ਦਬਾਅ ਪਾਉਣ ਦੇ ਲਈ ਇਕੱਠੇ ਹੋ ਕੇ ਰੈਲੀ ਕਰਨ ਦਾ ਸੱਦਾ ਦਿੱਤਾ ਹੈ ਉੱਥੇ ਹੀ ਯੂਐਨ ਨੂੰ ਆਉਂਦੀ ਜਨਰਲ ਅਸੈਂਬਲੀ ਦੇ ਵਿੱਚ ਮੁੜ ਤੋਂ ਇਹ ਮੁੱਦਾ ਚੁੱਕਣ ਦੀ ਅਪੀਲ ਕੀਤੀ ਹੈ ਆਈ ਮੇਕ ਅ ਸੋਲਮ ਅਪੀਲ ਟੂ ਦ ਯੂਨਾਈਟਿਡ ਨੇਸ਼ਨ ਸੈਕਟਰੀ ਜਨਰਲ ਐਂਟੋਨੀਆ ਗੁਟੇਰਸ ਆਈ ਕਾਲ ਅਪਨ ਹਿਮ ਟੂ ਯੂਜ਼ ਹਿਸ ਇਨਫਲੂਐਂਸ ਐਂਡ ਵੌਇਸ ਟੂ ਪ੍ਰੈਸ਼ਰ ਦ ਫ੍ਰੈਂਚ ਗਵਰਨਮੈਂਟ ਟੂ ਰਿਪੀਲ ਦਿਸ ਬੈਨ ਡੂਰਿੰਗ ਦ ਅਪਕਮਿੰਗ ਜਨਰਲ ਅਸੈਂਬਲੀ ਡਿਬੇਟ scheduled for September 19 to the 23rd ਐਨ 26 ਐਸ.ਪੀ.ਸੀ ਨੇ ਲੰਗੀ 10 ਸਤੰਬਰ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਤੇ ਫਰਾਂਸੀ ਰਾਸ਼ਟਰਪਤੀ ਮੈਨੂਅਲ ਮੈਕਰੋਂ ਦੀ ਜੀ-20 ਦਰਮਿਆਨ ਹੋਣ ਵਾਲੀ ਮੀਟਿੰਗ 'ਚ ਇਹ ਮੁੱਦਾ ਚੁੱਕਣ ਦੇ ਲਈ ਪੀ.ਐਮ ਮੋਦੀ ਨੂੰ ਅਪੀਲ ਕੀਤੀ ਸੀ ਅਮਰੀਕਾ ਦੇ ਨਿਊਯਾਰਕ ਦੇ ਵਿੱਚ ਪੁਲਿਸ 'ਚ ਭਾਰਤੀ ਹੋਏ ਇੱਕ ਸਿੱਖ ਨੌਜਵਾਨ ਨੂੰ ਦਾੜੀ ਕੱਟਣ ਸਬੰਧੀ ਕੀਤੀ ਗਈ ਹਦਾਇਤ ਉੱਤੇ ਸਥਾਨਕ ਪ੍ਰਸ਼ਾਸਨ ਨੇ ਮੁੜ ਵਿਚਾਰ ਕਰਨ ਦੀ ਹਾਮੀ ਭਰੀ ਹੈ ਤੇ ਭਾਰਤੀ ਵਿਦੇਸ਼ ਮੰਤਰਾਲੇ ਨੂੰ ਇਸ ਸੰਬੰਧੀ ਚਿੱਠੀ ਭੇਜ ਕੇ ਜਾਣੂ ਕਰਵਾਇਆ ਇਹ ਜਾਣਕਾਰੀ ਪੰਜਾਬ ਦੇ ਪ੍ਰਵਾਸੀ ਮਾਮਲੇਵਾਰੇ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੇ ਦਿੱਤੀ ਹੈ ਉਹਨਾਂ ਨੇ ਕਿਹਾ ਕਿ ਉਹਨ ਮੰਤralੇ ਤੇ ਨਿਊਯਾਰਕ ਦੇ ਮੇਅਰ ਕੋਲ ਚੁੱਕਿਆ ਸੀ ਭਾਰਤ ਦੇ ਵਿਦੇਸ਼ ਮੰਤਰੀ ਦੀ ਮੈਨੂੰ ਲੈਟਰ ਆਈ ਆ ਮੈਂ ਉਹਨਾਂ ਨੂੰ ਵੀ ਲੈਟਰ ਲਿਖੀ ਸੀਗੀ ਉਹਨਾਂ ਨੇ ਲੈਟਰ ਭੇਜੀ ਆ ਕਿ ਉਹ ਮਤਲਬ ਜਿਹੜਾ ਇਹਦੇ ਤੇ ਕਾਰਵਾਈ ਕਰ ਰਹੇ ਆ ਤੇ ਬਕਾਇਦਾ ਉਹਨਾਂ ਨੇ ਇਹ ਲਿਖ ਕੇ ਭੇਜਿਆ ਮੈਨੂੰ ਕਿ ਉਹਨਾਂ ਨੇ ਇਹ ਮਸਲਾ ਜਿਹੜਾ ਇਹ ਅਮਰੀਕਾ ਦੀ ਸਰਕਾਰ ਕੋ ਜਿਹੜਾ ਉਠਾਇਆ ਸੋ ਮੈਂ ਜਿਹੜੀ ਜਿਹੜੀ ਅਸੀਂ ਕਾਰਵਾਈ ਕਰਦੇ ਆ ਮੈਂ ਇਹਦੀ ਤੁਹਾਨੂੰ ਜਾਣਕਾਰੀ ਦੇਣਾ ਚਾਹੁੰਦਾ ਸੀਗਾ ਕਿ ਨਿਊਯਾਰਕ ਵਾਲਾ ਇਸ਼ੂ ਜਿਹੜਾ ਪਾਤਾ ਸਰਕਾਰ ਤੇ ਪੰਜਾਬ ਸਰਕਾਰ ਹਲਕੇ ਜਿਹੜਾ ਉਹ ਇਹਦਾ ਮਸਲਾ ਹੱਲ ਕਰਨਗੇ ਅਸੀਂ ਹੈਲਪ ਕਰਾਂਗੇ ਸਾਦਿਆਂ ਦੀ ਪਰ ਮੈਂ ਇੱਕ ਸਾਰੀ ਦੁਨੀਆ ਦੀਆਂ ਸਰਕਾਰਾਂ ਨੂੰ ਇਹ ਬੇਇਤਿਬਾਰਨੀ ਚਾਹੁੰਦਾ ਸਾਡੇ ਸਿੱਖਾਂ ਨੇ ਜਿੱਥੇ ਵੀ ਗਏ ਜਿਸ ਵੀ ਕੋਨੇ ਦੇ ਵਿੱਚ ਗਏ ਮੈਂ ਆਪ ਖੁਦ 13 ਸਾਲ ਅਮਰੀਕਾ ਦੇ ਵਿੱਚ ਰਿਹਾ ਸਾਡੇ ਸਿੱਖ ਭਾਈਚਾਰੇ ਨੇ ਹਰ ਦੇਸ਼ ਦੇ ਵਿੱਚ ਜਾ ਕੇ ਉਸ ਦੇਸ਼ ਦੀ ਇਕਨੋਮੀ ਲਈ ਉਸ ਦੇਸ਼ ਦੇ ਵਿਕਾਸ ਲਈ ਬਹੁਤ ਵੱਡਾ ਅਦੋਲ ਅਦਾ ਕੀਤਾ ਬਹੁਤ ਜ਼ਿਆਦਾ ਕੰਮ ਕੀਤਾ ਸੋ ਸਭ ਨੂੰ ਪਤਾ ਹੈ ਕਿ ਸਿੱਖਾਂ ਦੀ ਦਸਤਾਰ ਸਿੱਖਾਂ ਦੇ ਕੇਸ ਜਿਹੜੇ ਸਾਡੇ ਧਾਰਮਿਕ ਚਿੰਦ ਨੇ ਤੇ ਇਹਨਾਂ ਦੇ ਬਾਅਦ ਵਿੱਚ ਕਿਤੇ ਵੀ ਕੋਈ ਜੋਬ ਦੇਣ ਲੱਗਿਆ ਕੋਈ ਸ਼ਰਤ ਨਾ ਲਾਈ ਜਾਵੇ ਕਿਤੇ ਵੀ ਕੋਈ ਇਸ ਸਭਾ ਦੀ ਇਦਾਂ ਦੀ ਕੋਈ ਟਿੱਪਣੀ ਨਾ ਕੀਤੀ ਜਾਵੇ ਜੜੀ ਸਾਡੇ ਤੋਂ ਜਿਹੜਾ ਥੇਸ ਪਜਉਂਦੀ ਹੋਵੇ ਤਾਲੀਵਾਲ ਨੇ ਦੱਸਿਆ ਕਿ ਇਸ ਸੰਬੰਧੀ ਭਾਰਤੀ ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਦੇ ਵੱਲੋਂ ਚਿੱਠੀ ਭੇਜ ਕੇ ਜਾਣਕਾਰੀ ਦਿੱਤੀ ਗਈ ਹੈ ਕਾਪੀ ਵੀ ਦਿਖਾਉਂਦਿਆਂ ਉਹਨਾਂ ਦੱਸਿਆ ਕਿ ਸ਼ੰਕਰ ਨੇ ਲਿਖਿਆ ਕਿ ਇਸ ਇਤਰਾਜ਼ ਤੋਂ ਬਾਅਦ ਭਾਰਤ ਸਰਕਾਰ ਨੇ ਅਮਰੀਕਾ ਸਥਿਤ ਭਾਰਤੀ ਦੂਤਕਰ ਰਾਹੀਂ ਇਹ ਮੁੱਦਾ ਨਿਊਯਾਰਕ ਦੇ ਸਥਾਨਿਕ ਪ੍ਰਸ਼ਾਸਨ ਕੋਲ ਚੁਕਿਆ ਸੀ ਸ਼੍ਰੋਮਣੀ ਅਕਾਲੀ ਦਲ ਦਾ ਪੱਲੜਾ ਹੋਰ ਹੌਲਾ ਹੁੰਦਾ ਜਾ ਰਿਹਾ ਹੈ ਅਕਾਲੀ ਦਲ ਦੇ ਅੰਮ੍ਰਿਤਸਰ ਸ਼ਹਿਰੀ ਪ੍ਰਧਾਨ ਗੁਰਪ੍ਰਤਾਪ ਸਿੰਘ ਟਿੱਕਾ ਤੇ ਦਿਹਾਤੀ ਪ੍ਰਧਾਨ ਗੁਰਸ਼ਰਨ ਸਿੰਘ ਛੀਨਾ ਨੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫੇ ਦੇ ਭੇਜੇਗੇ ਅਸਤੀਫੇ ਦੀ ਚਿੱਠੀ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਲੀਡਰਾਂ ਤੇ ਭੇਦ ਭਾਵ ਕਰਨ ਦੇ ਦੋਸ਼ ਲਾਏ ਗਏ ਨੇ ਟਿੱਕਾ ਨੇ ਚਿੱਠੀ 'ਚ ਲਿਖਿਆ ਕਿ ਸ਼੍ਰੋਮਣੀ ਕਾਲੇ ਦਲ ਹੁਣ ਵਪਾਰਕ ਤੇ ਸਵਾਰਥੀ ਸੋਚ ਵਾਲੇ ਵਿਅਕਤੀਆਂ ਦੇ ਹੱਥ ਵਿੱਚ ਐ ਪੰਥਕ ਸੋਚ ਤੋਂ ਲਾਂਬੇ ਹੋ ਗਈ ਐ ਛੀਨਾ ਨੇ ਆਪਣੇ ਅਸਤੀਫੇ ਵਿੱਚ ਲਿਖਿਆ ਕਿ ਉਹਨਾਂ ਦੇ ਪਰਿਵਾਰ ਦੀ ਤੀਜੀ ਪੀੜ੍ਹੀ ਸ਼੍ਰੋਮਣੀ ਕਾਲੇ ਦਲ ਦੇ ਨਾਲ ਚੱਲ ਰਹੀ ਐ ਖੁਦ ਉਹਨਾਂ ਦੇ ਵੱਲੋਂ ਪਿਛਲੇ 20 ਸਾਲਾਂ ਤੋਂ ਵੀ 20 ਤੋਂ ਵੀ ਜ਼ਿਆਦਾ ਸਾਲਾਂ ਤੋਂ ਅਕਾਲੀ ਦਲ ਦੀ ਸੇਵਾ ਨਿਭਾਈ ਜਾਂਦੀ ਰਹੀ ਐ ਪਰ ਹੁਣ ਕਹਿੰਦੇ ਸਬਰ ਦਾ ਬੰਨ ਟੁੱਟ ਗਿਆ ਐ ਉਹ ਆਪਣੇ ਆਪ ਨੂੰ ਸ਼੍ਰਮਣੀ ਕਾਲੇਦਲ ਤੋਂ ਵੱਖ ਕਰਦੇ ਨੇ ਤੇ ਮੋਡਲੀ ਮੈਂਬਰਸ਼ਿਪ ਤੋਂ ਅਸਤੀਫਾ ਦਿੰਦੇ ਨੇ ਪੁਰਤਗਾਲ ਤੋਂ ਇੱਕ ਵੱਖਰੀ ਖਬਰ ਤੁਹਾਨੂੰ ਦੱਸ ਦਿੰਦੇ ਹਾਂ ਜਿੱਥੇ ਰੈੱਡ ਵਾਈਨ ਦੀ ਨਦੀ ਵਗ ਗਈ ਇੱਕ ਛੋਟੇ ਜਿਹੇ ਪੁਰਤਗਾਲੀ ਕਸਬੇ ਸਾਓ ਲੋਰੈਂਕੋ ਡੇ ਬੈਰਰੋ ਦੇ ਵਿੱਚ ਸ਼ਰਾਬ ਫੈਕਟਰੀ ਵਿੱਚ ਹਾਦਸਾ ਵਾਪਰਿਆ ਜਿਸ ਤੋਂ ਬਾਅਦ ਇੱਥੇ ਰੈੱਡ ਵਾਈਨ ਨਦੀ ਵਾਂਗ ਵਹਿ ਗਈ ਕਸਬੇ ਦੀਆਂ ਸੜਕਾਂ ਤੇ ਗਲੀਆਂ ਲਾਲ ਹੋ ਗਈਆਂ ਘਟਨਾ ਉਦੋਂ ਵਾਪਰੀ ਜਦੋਂ 6 ਲੱਖ ਗੈਲਨ ਸ਼ਰਾਬ ਦੇ ਬੈਰਲ ਅਚਾਨਕ ਡਿੱਗ ਗਏ ਕਸਬੇ ਆਬਾਦੀ 2000 ਲੋਕਾਂ ਦੀ ਹੈ ਅਧਿਕਾਰੀਆਂ ਨੇ ਤੁਰੰਤ ਕਾਰਵਾਈ ਕਰਦੇ ਹੋਏ ਵਾਇਨ ਨੂੰ ਰੋਕਣ ਦੀ ਵੀ ਕੋਸ਼ਿਸ਼ ਕੀਤੀ ਪਰ ਸ਼ਰਾਬ ਫੈਕਟਰੀ ਦੇ ਨੇੜੇ ਘਰ ਦੀ ਇੱਕ ਬੇਸਮੈਂਟ ਰੈੱਡ ਵਾਇਨ ਦੇ ਨਾਲ ਪੂਰੀ ਤਰ੍ਹਾਂ ਭਰ ਗਈ ਇਸ ਤਰ੍ਹਾਂ ਲੱਗਦਾ ਸੀ ਜਿਵੇਂ ਰੈੱਡ ਵਾਇਨ ਦੀ ਨਦੀ ਵਗ ਰਹੀ ਹੈ ਭਾਰਤ ਸਰਕਾਰ ਨੇ ਅਮਰੀਕਾ ਨੂੰ ਨਿਰਯਾਤ ਕੀਤੇ ਜਾਣ ਵਾਲੇ ਸੇਬਾਂ ਤੇ 20% ਦੀ ਕਸਟਮ ਡਿਊਟੀ ਹਟਾਉਣ ਦਾ ਫੈਸਲਾ ਲਿਆ ਹੈ ਇਸ ਫੈਸਲੇ ਦਾ ਨੋਟੀਫਿਕੇਸ਼ਨ ਭਾਰਤ ਸਰਕਾਰ ਨੇ G20 ਤੋਂ ਪਹਿਲਾਂ ਹੀ 5 ਸਤੰਬਰ ਨੂੰ ਜਾਰੀ ਕਰ ਦਿੱਤਾ ਸੀ ਜੰਮੂ ਅਤੇ ਕਸ਼ਮੀਰ ਦੀ ਮੁੱਖ ਜਿਹੜੀ ਫਸਲ ਹੈ ਉਹ ਸੇਬ ਹੈ ਅਜਿਹੇ ਵਿੱਚ ਕੇਂਦਰ ਸਰਕਾਰ ਦੇ ਇਸ ਕਦਮ ਦਾ ਮਾੜਾ ਅਸਰ ਪੈਣ ਦੀ ਸੰਭਾਵਨਾ ਹੈ ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਤੇ ਸੂਬੇ ਦੇ ਸਾਬਕਾ ਮੁੱਖ ਮੰਤਰੀ ਫਾਰੂਕ ਅਬਦੁੱਲਾ ਨੇ ਕਿਹਾ ਕਿ ਜਦੋਂ ਜੀ20 ਦੇ ਮੱਦੇ ਨਜ਼ਰੇ ਛੋਟ ਦੇਣ ਦਾ ਫੈਸਲਾ ਲਿਆ ਗਿਆ ਸੀ ਤਾਂ ਇਹ ਨਹੀਂ ਸੋਚਿਆ ਗਿਆ ਕਿ ਸਾਡੇ ਲੋਕਾਂ ਤੇ ਕੀ ਅਸਰ ਪਊਗਾ ਪਹਿਲਾਂ ਹੀ ਪਰੇਸ਼ਾਨ ਲੋਕਾਂ ਦੀਆਂ ਮੁਸ਼ਕਲਾਂ ਸਰਕਾਰ ਹੋਰ ਵਧਾ ਰਹੀ ਹੈ ਉਹਨਾਂ ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਕਿ ਇੱਥੇ ਮੌਜੂਦਾ ਗਰੀਬੀ ਨੂੰ ਹੋਰ ਬढ़ावा ਦੇ ਕੇ ਸਾਨੂੰ ਇੱਕ ਹੋਰ ਸੰਕਟ ਵਿੱਚ ਨਾ ਤੱਕੋ